ਕੱਲ ਸ਼ਾਮ ਹੀ ਅਸੀਂ ਆਪਣੇ ਕਮਰਿਆਂ 'ਚ ਸੀਗੇ ਅਤੇ ਥੱਲੋਂ ਕਿਸੇ ਕੁੜੀ ਦਾ ਫੋਨ ਆਇਆ ਵੀ ਥੱਲੇ ਹੰਗਾਮਾ ਚੱਲਦਾ ਪਿਆ, ਤੁਸੀਂ ਜਲਦੀ ਜਲਦੀ ਆ ਜਾਓ। ਹਾਂ, ਪੇਰੈਂਟਸ ਬਹੁਤ ਪਰੇਸ਼ਾਨ ਹੋ ਰਹੇ ਹਨ, ਉਨਕੋ ਬਸ ਯਹੀ ਹੈ ਕਿ ਹਮ ਯੇ ਪੈਸੇ ਲੇਤੇ, ਇਨ੍ਹੋਂਨੇ ਕੋਈ ਫੈਸਿਲਿਟੀਜ਼ ਵੀ ਪ੍ਰੋਵਾਈਡ ਨਹੀਂ ਕਰਾਈ ਹੈ। ਕਰਦੇ 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 ਕੁੜੀਆਂ ਇਕੱਠੀਆਂ ਹੋਈਆਂ, ਸੁਣਦੀ ਨਹੀਂ ਪਈ ਸੀ, ਇਹਨਾਂ ਦਾ ਇਹ ਸੀਗਾ ਵੀ ਅਸੀਂ ਇੱਥੇ ਮਾਮਲਾ ਰੱਦ ਕਰ ਦਈਏ। ਇਹ ਮਤਲਬ ਅਭੀ ਹੋਸਟਲ ਸੇ ਬਾਹਰ ਨਿਕਲਨੇ ਨਹੀਂ ਦੇ ਰਹੇ ਹੈ, ਅਗਰ ਨਿਕਾਲ ਰਹੇ ਹੈ ਤੋ ਫਿਰ ਵੋ ਵੀ ਬਹੁਤ ਮੁਸ਼ਕਿਲ ਸੇ, ਯਹਾਂ ਪੇਰੈਂਟਸ ਆ ਰਹੇ ਹੈ ਆਪਣੇ ਬੱਚੋਂ ਕੋ ਵਾਪਸ ਲੈ ਕੇ ਜਾ ਰਹੇ ਹੈ। ਕੱਲ ਸੇ ਇਨ੍ਹੋਂਨੇ ਵਾਈਫਾਈ, ਜੋ ਹੋਸਟਲ ਕੀ ਜੋ ਵਾਈਫਾਈ ਹੋਤੀ ਹੈ ਵੋ ਉਨ੍ਹੋਂਨੇ ਡਿਸਕਨੈਕਟ ਕਰਕੇ ਰੱਖੀ ਹੈ। ਇਸਕੇ ਇਲਾਵਾ ਇਨ੍ਹੋਂਨੇ ਸੁਬਹਾ ਸੇ ਜੋ ਮੋਬਾਈਲ ਨੈਟਵਰਕ ਹੋਤੀ ਹੈ ਉਸਮੇ ਇਨ੍ਹੋਂਨੇ ਜੈਮਰ ਡਾਲ ਰੱਖੇ ਹੈ, ਤੋ ਹਮ ਸਿਰਫ ਕਿਸੀ ਕੋ ਕਾਲ ਕਰ ਪਾ ਰਹੇ, ਹਮ ਕਿਸੀ ਕੋ ਮੈਸੇਜ ਨਹੀਂ ਕਰ ਪਾ ਰਹੇ, ਇੰਟਰਨੈਟ ਯੂਜ਼ ਨਹੀਂ ਕਰ ਪਾ ਰਹੇ। ਚੰਡੀਗੜ੍ਹ ਨੇੜੇ ਪੰਜਾਬ ਦੇ ਮੋਹਾਲੀ ਕੋਲ ਘੜੂਆਂ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਕਥਿਤ ਤੌਰ ਉੱਤੇ ਕੁੜੀਆਂ ਦੀ ਅਸ਼ਲੀਲ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ। ਵਿਦਿਆਰਥੀਆਂ ਮੁਤਾਬਕ ਮਾਮਲਾ 17 ਸਤੰਬਰ ਦੇਰ ਸ਼ਾਮ ਦਾ ਹੈ, ਜਦੋਂ ਯੂਨੀਵਰਸਿਟੀ ਦੇ ਇੱਕ ਹੋਸਟਲ ਵਿੱਚ ਹੰਗਾਮੇ ਦੀ ਖਬਰ ਮਿਲਦਿਆਂ ਹੀ ਹੋਰ ਵਿਦਿਆਰਥੀ ਨਾਲ ਲੱਗਦੇ ਹੋਸਟਲਾਂ ਤੋਂ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਰੋਸ ਪ੍ਰਦਰਸ਼ਨ ਵੀ ਸ਼ੁਰੂ ਕਰ ਦਿੱਤਾ। ਹਾਲਾਂਕਿ ਖਰੜ ਪੁਲਿਸ ਨੇ ਇਸ ਸੰਬੰਧੀ FIR ਦਰਜ ਕਰ ਲਈ ਹੈ। ਇਸ ਵਿੱਚ 354 ਸੀ, 66E ਧਾਰਾਵਾਂ ਲਾਈਆਂ ਗਈਆਂ ਨੇ। ਇਸ ਮਾਮਲੇ ਵਿੱਚ ਅਸ਼ਲੀਲ ਵੀਡੀਓ ਬਣਾਉਣ ਵਾਲੀ ਮੁਲਜ਼ਮ ਵਿਦਿਆਰਥਣ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੀਆਂ ਕੁਝ ਵਿਦਿਆਰਥਣਾਂ ਨੇ ਪੂਰੇ ਮਾਮਲੇ ਬਾਰੇ ਦੱਸਦਿਆਂ ਯੂਨੀਵਰਸਿਟੀ ਉੱਤੇ ਕਈ ਗੰਭੀਰ ਇਲਜ਼ਾਮ ਲਗਾਏ ਨੇ। ਅਸੀਂ ਇੱਕ ਮਹੀਨਾ ਪਹਿਲਾਂ ਇੱਥੇ ਐਡਮਿਸ਼ਨ ਲਿੱਤੀ, ਅਸੀਂ ਫਰੈਸ਼ਰ ਹਾਂ ਅਤੇ ਅਸੀਂ LC ਹੋਸਟਲ 'ਚ ਰਹਿੰਦੇ ਹਾਂ। ਕੱਲ੍ਹ ਸ਼ਾਮ ਹੀ ਅਸੀਂ ਆਪਣੇ ਕਮਰਿਆਂ 'ਚ ਸੀਗੇ ਅਤੇ ਥੱਲੋਂ ਕਿਸੇ ਕੁੜੀ ਦਾ ਫੋਨ ਆਇਆ ਵੀ ਥੱਲੇ ਹੰਗਾਮਾ ਚੱਲਦਾ ਪਿਆ, ਤੁਸੀਂ ਜਲਦੀ ਜਲਦੀ ਆ ਜਾਓ। ਅਸੀਂ ਗਏ ਥੱਲੇ ਅਤੇ ਅਸੀਂ ਪੁੱਛਗਿੱਛ ਕੀਤੀ ਕੀ ਹੋਇਆ ਕੀ ਹੋਇਆ, ਤਾਂ ਐਵੇਂ ਉੜਦੀ ਉੜਦੀ ਖਬਰ ਮਿਲੀ ਕਿ ਕੋਈ ਕੁੜੀ ਆ, ਉਹਨੇ ਕਿਸੇ ਕੁੜੀ ਦੀ ਕੁੜੀਆਂ ਦੀ ਨਹਾਉਂਦੇ ਦੀ ਵੀਡੀਓ ਵਾਇਰਲ ਕਰਤੀ। ਠੀਕ ਆ, ਉਸ ਤੋਂ ਬਾਅਦ ਕੀ ਹੋਇਆ, ਉਸ ਤੋਂ ਬਾਅਦ ਕੁੜੀਆਂ ਇਕੱਠੀਆਂ ਹੋਈਆਂ ਅਤੇ ਫਿਰ ਜਿਹੜੀ ਵਾਰਡਨ ਆ ਉਹਦੇ ਕੋਲ ਗਈਆਂ ਸੀਗੀਆਂ ਕੁੜੀਆਂ, ਜਿਹੜੀ ਜਿਹਨੇ ਬਣਾਈ ਆ ਉਹ ਉੱਥੇ ਹੀ ਸੀਗੀ। ਵਾਰਡਨ ਕੋਲ ਉਹਦੀ ਵੀਡੀਓ ਸੀਗੀ ਕਨਫੈਸ਼ਨ ਦੀ ਵੀ ਹਾਂ ਮੈਂ ਬਣਾਈ ਆ ਵੀਡੀਓ, ਅਤੇ ਜਿਹੜੀ ਕੁੜੀ ਵੀਡੀਓ ਬਣਾ ਰਹੀ ਸੀ ਉਹਨੂੰ ਕਿਸੇ ਹੋਰ ਕੁੜੀ ਨੇ ਵੀਡੀਓ ਬਣਾਉਂਦੇ ਹੋਏ ਦੇਖ ਲਿਆ ਸੀਗਾ। ਠੀਕ ਆ, ਅਤੇ ਉਹ ਕੁੜੀ ਵੀ ਗਈ ਸੀ ਵਾਰਡਨ ਕੋਲ, ਵਾਰਡਨ ਨੇ ਕੀ ਕੀਤਾ ਉਹਦੇ ਫੋਨ 'ਚੋਂ ਵੀ ਜਿਹੜੀ ਵੀਡੀਓ ਸੀ ਉਹ ਡਿਲੀਟ ਕਰਵਾਤੀ ਸੀਗੀ। ਅਤੇ ਉਸ ਤੋਂ ਬਾਅਦ ਫਿਰ ਅਸੀਂ ਗਏ ਨੀਚੇ ਅਤੇ ਕੁੜੀਆਂ ਕਹਿਣ ਲੱਗੀਆਂ ਜਿਹੜੀ ਕੁੜੀ ਆ ਉਹਨੂੰ ਬਾਹਰ ਕੱਢੋ, ਅਸੀਂ ਪੁੱਛਗਿੱਛ ਕਰਨੀ ਆ ਉਤੋਂ। ਅਤੇ ਉਹ ਕਹਿੰਦੇ ਵੀ ਅਸੀਂ ਨਹੀਂ ਕੱਢਣਾ, ਉਹ ਬਿਮਾਰ ਆ, ਇਸ ਲਈ ਅਸੀਂ ਉਹਨੂੰ ਆਫਿਸ 'ਚ ਬੰਦ ਕੀਤਾ ਹੋਇਆ। ਕਰਦੇ 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 ਕੁੜੀਆਂ ਇਕੱਠੀਆਂ ਹੋਈਆਂ, ਸੁਣਦੀ ਨਹੀਂ ਪਈ ਸੀ, ਇਹਨਾਂ ਦਾ ਇਹ ਸੀਗਾ ਵੀ ਅਸੀਂ ਇੱਥੇ ਮਾਮਲਾ ਰੱਦ ਕਰ ਦਈਏ। ਉਸ ਤੋਂ ਬਾਅਦ ਕੁੜੀਆਂ ਨੇ ਕੀ ਕੀਤਾ, ਆਪਣੇ ਮੇਲ ਫਰੈਂਡਸ ਨੂੰ ਕਾਲ ਕੀਤੀ, ਅਤੇ ਮੁੰਡੇ ਇਕੱਠੇ ਇਕੱਠੇ ਹੁੰਦੇ 60-70-80 ਐਵੇਂ ਜਾਂਦੇ ਜਾਂਦੇ ਅੱਗੇ ਅੱਗੇ ਚੱਲਣ ਲੱਗ ਗਏ ਸੀਗੇ। ਉਸ ਤੋਂ ਬਾਅਦ ਫਿਰ ਕੀ ਹੋਇਆ, ਦੂਸਰੇ ਹੋਸਟਲ ਦੀ ਕੁੜੀਆਂ ਵੀ ਆ ਗਈਆਂ, ਐਵੇਂ ਐਵੇਂ ਕਰਕੇ ਇਕੱਠ ਪੈ ਗਿਆ। ਉਹ ਛੋਟਾ ਜਿਹਾ ਆਫਿਸ ਆ ਉਹਦੇ ਅੰਦਰ ਉਹ ਕੁੜੀ ਨੂੰ ਬੰਦ ਕੀਤਾ ਹੋਇਆ ਸੀਗਾ। ਵਾਇਰਲ ਵੀਡੀਓ ਨਹੀਂ ਪਤਾ ਵੀ ਸੀਗੀ ਕਿ ਨਹੀਂ ਸੀਗੀ, ਬਟ ਜਿਹੜੀ ਕੁੜੀ ਨੇ ਉਹ ਕੁੜੀ ਦੀ ਨਹਾਉਂਦੇ ਹੋਏ ਦੀ ਵੀਡੀਓ ਬਣਾ ਰਹੀ ਸੀ, ਉਹਨੂੰ ਦੇਖਿਆ ਸੀਗਾ, ਉਹ ਫੋਨ 'ਚ ਡਿਲੀਟ ਕਰਵਾ ਦਿੱਤੀ। ਇੱਕ ਲੜਕੀ ਨੇ ਦੂਸਰੀ ਲੜਕੀਓ ਕੀ ਗੰਦੀ ਵੀਡੀਓਜ਼ ਨਿਕਾਲੇ ਔਰ ਉਸਕੋ ਫਿਰ ਆਪਣੀ ਫਰੈਂਡ ਕੋ ਸ਼ੇਅਰ ਕਰ ਦਿਆ, ਫਿਰ ਉਸ ਫਰੈਂਡ ਨੇ ਵਾਇਰਲ ਕੀ ਹੈ। ਜੋ ਬਾਤੇਂ ਇਹ ਚੱਲ ਰਹੀ ਹੈ ਕਿ ਅਰਾਊਂਡ 60 ਵੀਡੀਓਜ਼ ਵਾਇਰਲ ਹੋਏ ਹੈ, ਲੇਕਿਨ ਐਗਜੈਕਟ ਨੰਬਰ ਤੋਂ ਕਿਸੀ ਕੋ ਵੀ ਨਹੀਂ ਪਤਾ। ਸ਼ਾਮ ਕੋ 7 ਵਜੇ ਸੇ ਇਹਨਾਂ ਨੇ ਪ੍ਰੋਟੈਸਟ ਕਰਨਾ ਸ਼ੁਰੂ ਕੀਆ ਥਾ ਔਰ ਅਰਾਊਂਡ 2 ਵਜੇ ਸਭ ਖਤਮ ਹੋਇਆ ਹੈ। ਫਿਰ ਬਾਹਰ ਸੇ ਆਈ ਥਿੰਕ ਪੁਲਿਸ ਆਈ ਥੀ ਔਰ ਫਿਰ ਉਹਨਾਂ ਮੇਨ ਕਲਪਿਟ ਹੈ ਜੋ ਲੜਕੀ ਜਿਸਨੇ ਵੀਡੀਓ ਨਿਕਾਲੀ ਥੀ ਉਸਕੋ ਅਰੈਸਟ ਕਰਕੇ ਲੈ ਕੇ ਗਏ ਥੇ। ਯਹਾਂ ਪੇ ਤੋੜ ਫੋੜ ਬਹੁਤ ਹੋਈ ਹੈ ਹੋਸਟਲ ਕੇ ਅੰਦਰ ਮੇ ਔਰ ਹੋਸਟਲ ਕੇ ਬਾਹਰ ਮੇ ਵੀ ਬਿਲਡਿੰਗਸ ਮੇ ਸ਼ੀਸ਼ੇ ਤੋੜੇ ਥੇ ਇਹਨਾਂ ਨੇ। ਵੋ ਐਕਚੁਲੀ ਹੁਆ ਯੇ ਕਿ LC ਜੋ ਹੈ ਵੋ ਪਹਿਲੇ ਬੋਇਜ਼ ਹੋਸਟਲ ਥਾ, ਜਿਸਕੋ ਅਭੀ ਰੀਸੈਂਟ ਟਾਈਪ ਮੇ ਗਰਲਸ ਹੋਸਟਲ ਮੇ ਕਨਵਰਟ ਕੀਆ ਇਹਨਾਂ ਨੇ। ਤੋ ਫਿਰ ਇਹਨਾਂ ਨੇ ਵੋ ਸਾਰੇ ਸੈਟਿੰਗਸ ਜਾਂ ਫਿਰ ਵੋ ਸਾਰੀ ਸੁਵਿਧਾਏ ਨਹੀਂ ਡਾਲੀ ਜੋ ਗਰਲਸ ਹੋਸਟਲ ਮੇ ਹੋਣੀ ਚਾਹੀਏ, ਜੈਸੇ ਹਰ ਫਲੋਰ ਮੇ ਕੈਮਰਾ ਹੋਣੇ ਚਾਹੀਏ ਥੇ ਔਰ ਮਤਲਬ ਥੋੜ੍ਹਾ ਸਿਕਿਉਰਿਟੀ ਔਰ ਉਹਨੇ ਟਾਈਟ ਕਰਨਾ ਥਾ, ਪਰ ਉਸਮੇ ਉਹਨਾਂ ਨੇ ਨੈਗਲੀਜੈਂਸ ਦਿਖਾਈ ਥੀ।
यहाँ पे हमें पता लगा, हम अपने रूम में थे कि एक लड़की ने वीडियो बनाई है लड़कियों की, जिसमें 60 लड़कियों की वीडियोस वायरल हुई है। बाथरूम में कैमरा फिट करके उसने वीडियोस बनाई है। हमने बोला कि हमें हर कॉरिडोर में कैमरास चाहिए, ठीक है, हमारी सेफ्टी के लिए, लेकिन उन्होंने इस पर कुछ भी एक्शन नहीं लिया। सुसाइड अटैम्प्ट नहीं हुआ, लेकिन पैनिक अटैक्स आए हैं, जिसकी वजह से परेशान होकर लड़कियों ने टैबलेट्स ले लिए। ओके, किसी को हॉस्पिटलाइज किया? हाँ जी, सीयू के अंदर ही जो डिस्पेंसरी है वहाँ पे ले जाया गया उन लड़कियों। एम्बुलेंसेस कहाँ थी, किसी पता है कुछ? हाँ, यही सीयू के अंदर की ही एम्बुलेंस है। कितने लोग होंगे? 10 से ज्यादा लोग हैं जिनको पैनिक अटैक आया। उधर मोहाली पुलिस के SSP विवेकशील सोनी ने दावा किया है कि कथित मुलजम कुड़ी ने जो वीडियो बनाई है वह उस कुड़ी की अपनी है, इस तो अलावा होर किसी की वीडियो नहीं है। पंजाब के मुख्यमंत्री भगवंत मान ने आख्या कि घटना की उच्च पदरी जांच के हुक्म दिए गए हैं और सख्त कार्रवाई की जाएगी। आम आदमी पार्टी के सुप्रीमो दिल्ली के मुख्यमंत्री अरविंद केजरीवाल ने कहा है कि एक कुड़ी ने कई विद्यार्थियों की वीडियो रिकॉर्ड करके वायरल किए ने, यह शर्मनाक है और दोषियों को सज़ा मिलेगी। उधर पंजाब के सिक्ख्या मंत्री हरजोत बैंस ने इस मामले से ट्वीट किया तो कहा कि उन्होंने यूनीवर्सिटी के विद्यार्थियों को शांत रहने की अपील की है और भरोसा दिता कि किसी दोषी को बख्शा नहीं जाएगा। पंजाब तो राज्यसभा मैंबर राघव चड्डा ने आख्या कि पंजाब सरकार दोषियों को सख्त तो सख्त सज़ा दवाउण विच कोई कसर नहीं छड़ेगी। उन्होंने विद्यार्थियों को शांति बना के रखने की अपील की है। उधर पंजाब के साबका मुख्यमंत्री कैप्टन अमरिंदर सिंह ने भी इस घटना शर्मनाक दसिया तो दोषियों को सज़ा देने की मांग की है।